ਵਾਰ ਟੱਚ ਨਾ ਪਾਇਆ। ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ। ਆਏ ਦਿਨ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਜਾਂਦਾ, ਜਿਸ ਦੇ ਤਹਿਤ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਵੀ ਐਕਸ਼ਨ ਕੀਤਾ ਜਾਂਦਾ। ਤੇ ਅੱਜ ਵੀ ਜਿਹੜਾ ਗੱਲ ਕਰੀਏ ਫਰੀਦਕੋਟ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਇਸ ਵੇਲੇ ਟਾਈਮ ਅਸੀਂ ਨੈਸ਼ਨਲ ਹਾਈਵੇ 54 ਤੇ ਖੜੇ ਹੋਏ ਹਾਂ, ਕਿਉਂਕਿ ਪਿਛਲੇ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਟਰੈਕਟਰ ਜਿਹੜੇ ਹੈਗੇ ਆ ਕਰੀਬ 3 ਵਜੇ ਤੱਕ ਜਿਹੜੇ ਰੋਡ ਤੇ ਨੈਸ਼ਨਲ ਹਾਈਵੇਆਂ ਦੇ ਉੱਪਰ ਜਿਹੜੇ ਖੜੇ ਕੀਤੇ ਜਾਣਗੇ। ਤੇ ਇਸ ਨੂੰ ਲੈ ਕੇ ਅੱਜ ਫਰੀਦਕੋਟ ਦੇ ਵਿੱਚ ਵੀ ਪੂਰੀਆਂ ਤਿਆਰੀਆਂ ਨੇ, ਬੜੀ ਵੱਡੀ ਲਾਈਨ ਤੁਸੀਂ ਦੇਖ ਸਕਦੇ ਹੋ, ਜਿੱਥੋਂ ਤੱਕ ਨਿਗਾਹ ਮਾਰ ਗਈ ਤਾਂ ਲੰਬੀ ਲਾਈਨ ਜਿਹੜੀ ਹੈਗੀ ਆ ਟਰੈਕਟਰ ਲੱਗ ਚੁੱਕੀ ਆ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਸੰਘਰਸ਼ ਕੀਤਾ ਜਾ ਰਿਹਾ ਸੀ, ਦੂਜੇ ਪਾਸੇ ਜੋ ਦਿੱਲੀ ਦੀ ਬਰੂਹਾਂ ਤੇ ਕਿਸਾਨ ਸੰਘਰਸ਼ ਕਰ ਰਹੇ ਸੀ ਉਹਨਾਂ ਉੱਪਰ ਜੋ ਅਤਿਆਚਾਰ ਹੋਇਆ ਉਸ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ, ਅੱਜ ਜਿਹੜਾ ਹੈਗਾ ਫਿਰ ਦੁਬਾਰਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਜਿਹੜਾ ਹੈਗਾ ਹਾਈਵੇ ਦੇ ਉੱਪਰ ਟਰੈਕਟਰ ਖੜੇ ਕੀਤੇ ਜਾਣਗੇ, ਕਿਉਂਕਿ ਦਿਖਾਇਆ ਜਾਵੇਗਾ ਕਿਸਾਨ ਦਾ ਇਹ ਗੱਡਾ ਹੈ ਤੇ ਕਿਸਾਨ ਜਿੱਥੇ ਵੀ ਜਾਂਦਾ ਇਸ ਨੂੰ ਨਾਲ ਲੈ ਕੇ ਆਉਂਦਾ। ਇਸ ਬਾਰੇ ਆਪਾਂ ਜ਼ਿਆਦਾ ਗੱਲਬਾਤ ਵੀ ਕਰਾਂਗੇ, ਸਾਡੇ ਨਾਲ ਕਿਸਾਨ ਯੂਨੀਅਨ ਆਗੂ ਮੌਜੂਦ ਨੇ ਬਿੰਦਰ ਸਿੰਘ ਗੋਲੇਵਾਲ ਜੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕਿਉਂਕਿ ਲਗਾਤਾਰ ਬਿੰਦਰ ਸਿੰਘ ਜੀ ਕੀ ਕਹਿਣਾ ਲਗਾਤਾਰ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹੋ, ਅੱਜ ਜਿਹੜਾ ਹੈਗਾ ਹਾਈਵੇ ਦੇ ਉੱਪਰ ਟਰੈਕਟਰ ਖੜੇ ਕੀਤੇ ਗਏ? ਦੇਖੋ, ਸਰਕਾਰ ਨੇ ਮਾਹੌਲ ਹੀ ਉਹ ਜਿਹਾ ਬਣਾ ਦਿੱਤਾ ਹੈਗਾ, ਉਹ ਸਾਡੇ ਜੋ ਕੁਛ ਭਰਾ ਗਏ ਨੇ ਉਹਨਾਂ ਤੇ ਬਹੁਤ ਵੱਡਾ ਤਸ਼ੱਦਦ ਹੋਇਆ, ਉਹ ਗੁੱਸਾ ਹੈ ਬੇਸ਼ੱਕ। ਚਲੋ, ਉਹ ਜਿਹੜਾ ਸਾਡਾ ਸੰਘਰਸ਼ ਚੱਲਿਆ ਥੋੜਾ ਵਿਚਾਰ ਤੋਂ ਪਹਿਲਾਂ ਚੱਲ ਗਿਆ, ਸਾਨੂੰ ਸਾਰਿਆਂ ਨੂੰ ਵਿਚਾਰ ਕਰ ਲੈਣੀ ਚਾਹੀਦੀ, ਪਰ ਫਿਰ ਵੀ ਜੋ ਕਿਸਾਨਾਂ ਨਾਲ ਉੱਥੇ ਹੋ ਰਿਹਾ ਉਹਦੇ ਪ੍ਰਤੀ ਅਸੀਂ ਇਸ ਸਕੀਮ ਦਾ ਫਰਜ਼ ਬਣਦਾ ਹੈ ਕਿ ਉੱਥੇ ਜਾ ਕੇ ਉਹਨਾਂ ਦੀ ਜੋ ਮਦਦ ਕਰੇ ਔਰ ਸਰਕਾਰ ਦੇ ਨਾਲ ਮੁਕਾਬਲਾ ਅਸੀਂ ਕਰੀਏ। ਸੋ ਇਸ ਕਰਕੇ ਸਾਡੇ ਪ੍ਰੋਗਰਾਮ 3-4 ਲਗਾਤਾਰ ਦੇਤੇ ਹੈ ਸਾਰੇ ਦੇਸ਼ ਦੇ ਵਿੱਚ, ਪੁਤਲੇ ਸਾਣਾ ਦਾ ਦੇਤਾ, ਅੱਜ ਦਾ ਸਾਰੇ ਦੇਸ਼ ਦੇ ਵਿੱਚ ਟਰੈਕਟਰ ਜੋ ਹੈ ਉਹ ਲੱਖਾਂ ਦੀ ਗਿਣਤੀ ਵਿੱਚ ਸਾਰੇ ਦੇਸ਼ ਦੇ ਹਾਈਵੇਆਂ ਦੇ ਵਿੱਚ ਨੈਸ਼ਨਲ ਹਾਈਵੇਆਂ ਦੇ ਉੱਤੇ ਜਿਹੜੇ ਹੈ ਉਹ ਖੜ ਲੈਣਗੇ। ਔਰ ਇਸ ਤੋਂ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ 14 ਮਾਰਚ ਦਾ ਪ੍ਰੋਗਰਾਮ ਦਿੱਲੀ ਦਾ ਜੋ ਵੱਡੀ ਇੱਕ ਸਾਡੀ ਹੈਗੀ ਹੈ ਕਾਨਫਰੰਸ, ਵੱਡੀ ਮਹਾਂਪੰਚਾਇਤ ਕਹੂੰਗਾ, ਲੱਖਾਂ ਦੀ ਗਿਣਤੀ ਵਿੱਚ ਕਿਸਾਨ ਸਾਰੇ ਦੇਸ਼ 'ਚੋਂ ਪਹੁੰਚ ਰਹੇ ਨੇ ਔਰ ਸਰਕਾਰ ਨੂੰ ਦੱਸਣ ਵਾਸਤੇ ਕਿ ਕਿਸਾਨ ਨੂੰ ਦਬਾਇਆ ਨਹੀਂ ਜਾ ਸਕਦਾ, ਤੂੰ ਸਾਡੇ ਕਿਸਾਨਾਂ ਨੂੰ ਪੰਜਾਬ ਵਿੱਚ ਰੱਖ ਕੇ ਪੰਜਾਬ ਅੰਦਰ ਹੀ ਬੰਦ ਕਰਕੇ ਇੱਥੇ ਬੈਰੀਕੇਡ ਲਾ ਕੇ ਪੰਜਾਬ ਦਾ ਜੋ ਤੁਸੀਂ ਇੱਕ ਮੁਜ਼ਾਹਰਾ ਬਣਾਉਣਾ ਚਾਹੁੰਦੇ, ਧਰਨਾ ਬਣਾਉਣਾ ਚਾਹੁੰਦੇ ਸੀ, ਇਹ ਸਾਡੀਆਂ ਮੰਗਾਂ ਭਾਰਤ ਲੈਵਲ ਦੀਆਂ, ਇੱਥੋਂ ਤੱਕ ਨਹੀਂ ਰੁਕਣਾ। ਇਸ ਕਰਕੇ 14 ਮਾਰਚ ਦਾ ਲੱਖਾਂ ਦਾ ਜੋ ਇਕੱਠ ਆ ਸਾਰੀਆਂ ਸਟੇਟਾਂ ਦਾ ਉਹ ਜਿਹੜਾ ਦਿੱਲੀ ਵਿੱਚ ਹੋਵੇਗਾ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜਾ ਹੈਗਾ, ਉਸ ਇਸ ਤਰ੍ਹਾਂ ਸਾਡੇ ਪ੍ਰੋਗਰਾਮ ਜਿਹੜੇ ਹੈਗੇ ਆ। ਅਗਰ ਅਦਰਵਾਈਜ਼ ਇੱਕ ਹੋਰ ਗੱਲ ਦੱਸਾਂ ਕਿ ਜੇਕਰ ਸਾਡੇ ਉੱਥੇ ਬੈਠੇ ਕਿਸਾਨਾਂ ਤੇ ਫਿਰ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਕਿ ਗੁੰਡਾ ਗਰਦੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਸਕੀਮ ਹੋਰ ਵੱਡਾ ਕੋਈ ਫੈਸਲਾ ਮੀਟਿੰਗ ਕਰਕੇ ਲੈ ਸਕਦਾ ਹੈ। ਜਿਹੜੇ ਅੱਜ ਟਰੈਕਟਰ ਖੜੇ ਕੀਤੇ ਆ, ਇਹਦੇ ਖੜੇ ਕਰਨ ਦਾ ਮਕਸਦ ਕੀ ਆ? ਜਿਹੜਾ ਮਕਸਦ ਇੱਕ ਹੀ ਹੈ ਕਿ ਇੱਕ ਤਾਂ ਜਿਹੜਾ ਸਾਡੀਆਂ ਮੰਗਾਂ ਹੈਗੀਆਂ ਉਹਦੇ ਵਾਸਤੇ, ਦੂਜਾ ਸਾਨੂੰ ਅਸੀਂ ਦੱਸਣਾ ਕਿ ਸਾਡੇ ਤੇ ਰੋਕਾਂ ਲੱਗ ਰਹੀਆਂ ਤੇ ਸਾਡੇ ਟਰੈਕਟਰਾਂ ਤੇ ਲੋਕਾਂ ਨਾਲ ਰੋਕਾਂ ਲੱਗ ਰਹੀਆਂ, ਸਰਕਾਰ ਵੱਲੋਂ ਕੋਰਟਾਂ ਵੱਲੋਂ ਰੋਕਾਂ ਲਾਈਆਂ ਜਾ ਰਹੀਆਂ ਹੈ ਕਿ ਕਿਸਾਨ ਟਰੈਕਟਰ ਨੂੰ ਧਰਨਿਆਂ ਬਾਜ਼ਾਰ 'ਚ ਨਹੀਂ ਲਿਜਾ ਸਕਦਾ, ਰੋਡਾਂ ਤੇ ਨਹੀਂ ਲਿਜਾ ਸਕਦਾ। ਸੋ ਸਾਡਾ ਤਾਂ ਇੱਕ ਗੱਡਾ ਹੈ, ਇਹ ਗੱਡੇ ਦਾ ਰੂਪ ਆ ਸਾਡਾ, ਗੱਡੇ ਤੋਂ ਅਸੀਂ ਇਹਨੂੰ ਪ੍ਰਮੋਟ ਕਰਕੇ ਅਸੀਂ ਟਰੈਕਟਰ ਅਸੀਂ ਕਾਮਯਾਬੀ ਕਰਕੇ ਅਸੀਂ ਟਰੈਕਟਰ ਬਣਾਏ ਨੇ, ਸਾਡਾ ਇੱਕ ਗੱਡਾ ਹੈਗਾ, ਸਾਡਾ ਸਿੰਬਲ ਹੈ, ਅਸੀਂ ਇਹਦੇ ਬਿਨਾਂ ਬਚ ਨਹੀਂ ਸਕਦੇ। ਸਾਡੇ ਧਰਨੇ ਮਜ਼ਾਰੇ ਜੋ ਅਸੀਂ ਸ਼ਾਂਤਮਈ ਕਰਦੇ ਹਾਂ, ਇੱਕ ਸਾਡਾ ਘਰ ਹੁੰਦਾ, ਅਸੀਂ ਜਾ ਕੇ ਉੱਥੇ ਆਪਣੀਆਂ ਟਾਲੀਆਂ ਤੇ ਤੰਬੂ ਬਣਾਉਂਦੇ ਹਾਂ, ਵੀ ਸਮਾਨ ਰਾਸ਼ਨ ਪਾਣੀ ਲਿਜਾਣੇ, ਲੱਕੜਾਂ ਲਿਜਾਣੇ, ਸਾਰਾ ਸਮਾਨ ਅਸੀਂ ਇਹਨਾਂ ਟਰੈਕਟਰਾਂ ਰਾਹੀਂ ਟਾਲੀਆਂ ਤੇ ਲੈ ਕੇ ਜਾਂਦੇ ਹਾਂ। ਇਸ ਕਰਕੇ ਤੋਂ ਬਿਨਾਂ ਸਾਡਾ ਕਿਵੇਂ ਸ਼ੁਰੂਗਾ? ਸੋ ਅਸੀਂ ਉਹ ਦੱਸਣ ਵਾਸਤੇ ਸਾਡੇ ਲੱਖਾਂ ਟਰੈਕਟਰ ਤਿਆਰ ਨੇ, ਇਹ ਰੁਕ ਨਹੀਂ ਸਕਦੇ, ਇਹ ਧਰਨੇ ਤੇ ਜਾਣਗੇ ਔਰ ਅਸੀਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਸਮਲਾ ਕੇ ਰਹਾਂਗੇ। ਦੂਜੀ ਇੱਕ ਪੁਤਲਾ ਵੀ ਫੁੱਕਿਆ ਜਾਣਾ ਤੁਹਾਡੇ ਵਿੱਚ? ਹਾਂ, ਡਬਲਯੂਟੀਓ ਦਾ
ਹੈਗਾ ਉਹ ਅੱਜ ਸਾਰੇ ਦੇਸ਼ ਦੇ ਵਿੱਚ ਜਿਹੜੇ ਹੈਗੇ ਆ ਵਿਸ਼ਵ ਵਪਾਰ ਸੰਸਥਾ ਜਿਹੜੀ ਹੈਗੀ ਆ ਜਿਹਦੇ ਨਾਲ ਸਾਡੀ ਬਰਬਾਦੀ ਦਾ ਅਸੀਂ ਕਾਰਨ ਸਮਝਦੇ ਹਾਂ। ਸਾਡੀ ਮੰਗ ਹੈ ਕਿ ਭਾਰਤ ਨੂੰ ਉਹਦੇ ਵਿੱਚੋਂ ਬਾਹਰ ਕੀਤਾ ਜਾਵੇ, ਕਿਉਂਕਿ 26, 27, 28, 29 ਤਿੰਨ ਚਾਰ ਦਿਨ ਦੀ ਜਿਹੜੀ ਹੈਗੀ ਹੈ ਮੀਟਿੰਗ ਹੋ ਰਹੀ ਹੈ ਵੱਡੇ ਲੈਵਲ 'ਤੇ ਦੇਸ਼ਾਂ ਦੀ। ਸੋ ਅਸੀਂ ਇਸ ਕਰਕੇ ਜਿਹੜਾ ਸਾਡਾ ਉਹ ਪੁਤਲਾ ਵਿਆਹ ਸਾਰੇ ਦੇਸ਼ ਦੇ ਵਿੱਚ ਜਿਹੜਾ ਫੂਕਿਆ ਜਾ ਰਿਹਾ। ਹਮੇਸ਼ਾ ਸਾਡੀ ਡਿਮਾਂਡ ਹੈ ਕਿ ਸਾਡਾ ਜੋ ਦੇਸ਼ ਸਾਡੇ ਵਾਸਤੇ ਉਹ ਘਾਤਕ ਹੈਗਾ ਵਿਸ਼ਵ ਵਪਾਰ ਸੰਸਥਾ, ਉਹ ਵੱਡੇ ਕਾਰਪੋਰੇਟ ਘਰਾਣਿਆਂ ਵਾਸਤੇ ਹੈਗਾ, ਉਹਨਾਂ ਲੋਕਾਂ ਵਾਸਤੇ ਹੈਗਾ, ਸਾਨੂੰ ਮਾਰੂ ਹੈਗਾ, ਇਸ ਕਰਕੇ ਉਹਦਾ ਅਸੀਂ ਪੁਤਲਾ ਵਿਆਹ 'ਚ ਫੂਕ ਰਹੇ ਹਾਂ। ਜੀ ਆਪਾਂ ਲਾਸਟ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ 14 ਤਰੀਕ ਨੂੰ ਦਿੱਲੀ ਜਾਇਆ ਜਾਵੇਗਾ, ਕੀ ਲੱਗਦਾ ਹੈ ਤੁਹਾਨੂੰ ਉੱਥੇ ਦਿੱਲੀ ਜਾਣ ਦਿੱਤਾ ਜਾਵੇਗਾ ਇਸ ਵਾਰ ਜਾਂ ਦੂਜੀ ਕਿਸਾਨੇ ਤਰ੍ਹਾਂ ਤੁਹਾਨੂੰ ਵੀ ਬਾਰਡਰਾਂ 'ਤੇ ਰੋਕਿਆ ਜਾਵੇਗਾ? ਫਿਰ ਦੇਖਾਂਗੇ ਨਾ, ਜੇ ਫਿਰ ਐਸਕੇਐਮ ਨੂੰ ਐਡ 450 ਜਥੇਬੰਦੀ ਰੋਕਦੀਆਂ ਸਰਕਾਰਾਂ, ਫਿਰ ਜਿਹੋ ਜਿਹਾ ਅਸੀਂ ਮਾਹੌਲ ਬਣਦਾ, ਜਿਹੋ ਜਿਹਾ ਅਸੀਂ ਅੱਗੇ ਪ੍ਰੋਗਰਾਮ ਲੀਕਣਾ ਹੈ, ਆਉਣ ਇਲੈਕਸ਼ਨ ਆਉਣ ਵਾਲਾ, ਕੋਈ ਗੱਲ ਨਹੀਂ, 24 ਦਾ ਇਲੈਕਸ਼ਨ ਆਉਣ ਵਾਲਾ, ਅਸੀਂ ਸਾਰੇ ਦੇਸ਼ ਦੇ ਵਿੱਚ ਅਸੀਂ ਅਜਿਹਾ ਕੋਈ ਪ੍ਰੋਗਰਾਮ ਕਰਕੇ ਇਹੋ ਜਿਹਾ ਮਾਹੌਲ ਬਣਾ ਲਾਂਗੇ ਕਿ ਜਿਹੜੇ ਪੈਰ ਜਿਹੜੇ ਹੈਗੇ ਆ ਉਹ ਖਾੜ ਦੇਣੇ, ਕਿਉਂਕਿ ਇਹ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਛੋਟੇ ਦੁਕਾਨਦਾਰਾਂ ਵਿਰੋਧੀ, ਨੌਕਰੀਆਂ ਇਹ ਖਤਮ ਕਰ ਰਹੇ, ਸਾਰਾ ਤਬਕਾ ਇਹਦੇ ਉਲਟਾ, ਕਿਉਂਕਿ ਪਿੱਛੇ 16 ਨੂੰ ਜੋ ਆਪਣਾ ਬੰਦ ਹੋਇਆ ਸੀ ਭਾਰਤ, ਉਦੋਂ ਸਾਨੂੰ ਪਤਾ ਲੱਗ ਗਿਆ ਸੀ ਕਿ ਟੋਟਲੀ ਸਾਰਾ ਜਿਹੜਾ ਹੈ ਦੇਸ਼ ਬੰਦ ਹੋ ਗਿਆ ਸੀ, ਸਾਰੀਆਂ ਦੁਕਾਨਾਂ, ਸਾਰੇ ਵੀਰ ਮਜ਼ਦੂਰਾਂ ਤੋਂ ਲਾ ਕੇ ਸਾਰੇ ਆੜ੍ਹਤੀਏ ਵੀਰ ਤੱਕ, ਵੱਡੇ ਜੋ ਲੋਕ ਜੋ ਜਿਹਨਾਂ ਦੇ ਮਾਰ ਹੇਠਾਂ ਆਏ ਨੇ ਸਾਰੇ ਸਾਡੇ ਨਾਲ ਸੀ। ਸੋ ਜੇ ਨਾ ਹੀ ਇਸ ਦਾ ਕੰਮ ਕਰੂ ਤਾਂ ਉਹਨਾਂ ਨਾਲ ਸਮਾਂ ਦੱਸ ਦੂਗਾ ਸਰਕਾਰ ਵਾਸਤੇ ਕੀ ਹੈ, ਵਿਪਤਾ ਵੱਡੀ ਖੜੀ ਕਰਾਂਗੇ। ਉਹ ਨਵੇਂ ਸਾਨਾ ਬਿੰਦਰ ਸਿੰਘ ਗੋਲੇਵਾਲਾ, ਕੌਮੀ ਜਿਹੜਾ ਹੈਗਾ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ, ਜੋ ਇੱਥੇ ਫਰੀਦਕੋਟ ਪਹੁੰਚ ਰਹੇ ਅਤੇ ਇੱਕ ਜਿਹੜਾ ਕਾਫਲਾ ਤੁਹਾਨੂੰ ਦਿਖਾਉਣਾ, ਇਸਦੇ ਅੱਗੇ ਵੀ ਆਪਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ। ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੈਗੇ ਆ ਨੈਸ਼ਨਲ ਹਾਈਵੇ 54 ਦੇ ਉੱਪਰ ਜਿਹੜੇ ਖੜ੍ਹੇ ਕਰ ਦਿੱਤੇ ਗਏ ਨੇ, ਕਰੀਬ 3 ਵਜੇ ਤੱਕ ਇਸੇ ਤਰ੍ਹਾਂ ਹੀ ਟਰੈਕਟਰ ਖੜ੍ਹੇ ਕੀਤੇ ਜਾਣਗੇ, ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਉਹ ਗੱਡੇ ਹਨ ਅਤੇ ਇਸੇ ਨਾਲ ਹੀ ਸਾਰਾ ਉਹ ਧਰਨੇ ਮਲ ਦਰਸ਼ਨ ਵੀ ਕਰਦੇ ਹਨ, ਕੰਮ ਕਾਰ ਵੀ ਕਰਦੇ ਹਨ, ਜਿੱਥੇ ਜਾਣਾ ਇਹਨੂੰ ਹਰ ਚੀਜ਼ ਦੇ ਵਿੱਚ ਵਰਤਦੇ ਆ, ਅਤੇ ਜਿਸ ਨੂੰ ਲੈ ਕੇ ਜਿਹੜਾ ਹੈਗਾ ਇਹਨਾਂ ਵੱਲੋਂ ਅੱਜ ਜਿਹੜਾ 3 ਵਜੇ ਤੱਕ ਜਿਹੜਾ ਹੈਗਾ ਇਹ ਟਰੈਕਟਰ ਖੜ੍ਹੇ ਕਰਕੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਜਿਹੜਾ ਹੈਗਾ ਪੁਤਲਾ ਫੂਕਿਆ ਜਾਵੇਗਾ WTO ਦਾ, ਕਿਉਂਕਿ ਵਿਰੋਧ ਜਿਹੜਾ ਲਗਾਤਾਰ ਕਿਸਾਨ ਕਰ ਰਹੇ ਨੇ। ਜਿਸ ਤਰ੍ਹਾਂ ਵੱਖ ਵੱਖ ਕਿਸਾਨ ਆਗੂਆਂ ਦਾ ਵੀ ਕਹਿਣਾ ਹੈ ਕਿ ਉਹ 14 ਤਰੀਕ ਨੂੰ ਵੀ ਦਿੱਲੀ ਜਾਣਗੇ, ਕਿਉਂਕਿ ਮਹਾਂਪੰਚਾਇਤ ਦਿੱਲੀ ਵਿੱਚ ਰੱਖੀ ਗਈ ਹੈ, ਜੇਕਰ ਰੋਕਿਆ ਜਾਂਦਾ ਤਾਂ ਸੰਯੁਕਤ ਕਿਸਾਨ ਮੋਰਚਾ ਕੋਈ ਵੱਡਾ ਇਹਦੇ ਵਿੱਚ ਐਕਸ਼ਨ ਲੈ ਸਕਦਾ। ਫਿਲਹਾਲ ਇਹ ਤਸਵੀਰਾਂ ਫਰੀਦਕੋਟ ਦੀਆਂ ਤੁਸੀਂ ਦੇਖ ਸਕਦੇ ਹੋ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਲੈ ਕੇ ਨੈਸ਼ਨਲ ਹਾਈਵੇ 'ਤੇ ਖੜ੍ਹੇ ਨੇ ਅਤੇ ਲਗਾਤਾਰ ਸਰਕਾਰ ਦੇ ਖਿਲਾਫ਼ ਜਿੱਥੇ ਦਿੱਲੀ ਦੀਆਂ ਪੁਲਿਸਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਆ, ਉੱਥੇ ਪੂਰੇ ਪੰਜਾਬ ਅਤੇ ਦੇਸ਼ ਦੇ ਵਿੱਚ ਵੀ ਜਿਹੜੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ। ਤਸਵੀਰਾਂ ਫਰੀਦਕੋਟ ਦੀਆਂ ਨੇ, ਤੁਸੀਂ ਆਪ ਦੇਖ ਸਕਦੇ ਹੋ। ਸੋ ਅੱਜ ਜਿੱਥੇ ਪੁਤਲੇ ਫੂਕੇ ਗਏ ਨੇ ਪ੍ਰਦਰਸ਼ਨ ਕੀਤਾ ਗਿਆ ਹੈਗਾ, ਉੱਥੇ ਹੀ ਨੈਸ਼ਨਲ ਹਾਈਵੇ ਦੇ ਉੱਪਰ ਜਿਹੜੇ ਹੈਗੇ ਆ ਟਰੈਕਟਰ ਕਰੀਬ 3 ਵਜੇ ਤੱਕ ਖੜ੍ਹੇ ਕੀਤੇ ਗਏ ਨੇ। ਦੇਖ ਲਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੇ ਐਲਾਨ ਕਰ ਦਿੱਤੇ ਗਏ ਨੇ, ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹ ਵੀ ਜਿਹੜਾ 29 ਤਰੀਕ ਤੱਕ ਜਿਹੜਾ ਹੈਗਾ ਇੱਕ ਵਾਰ ਜਿਹੜਾ ਹੈਗਾ ਬਾਰਡਰਾਂ 'ਤੇ ਟਿੱਟੇ ਹੋਇਆ, ਮੰਗਾਂ ਸੇਮ ਵੀ ਨੇ। ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਕੀ ਧਿਆਨ ਦਿੰਦੀ ਹੈ। ਕੈਮਰਾਮੈਨ ਧਰਮਿੰਦਰ ਨਾਲ ਜਗਮੰਡੀ ਵਾਲੀ ਜਗਤਾਰ ਸਿੰਘ।